ਆਪਾਂ ਆਏ ਜੀ ਅੱਜ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਕਟਾਣੀ ਕਲਾਂ ਜ਼ਿਲ੍ਹਾ ਲੁਧਿਆਣਾ। ਸਭ ਤੋਂ ਪਹਿਲਾਂ ਅੱਜ ਤੁਹਾਨੂੰ ਆਪਾਂ ਅੰਦਰ ਦਰਸ਼ਨ ਕਰਵਾ ਦਈਏ ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲਾ ਅੱਜ ਇੱਥੇ ਕਰਵਾਇਆ ਜਾਣਾ। ਇਹ ਦਸਤਾਰ ਮੁਕਾਬਲੇ ਦਾ ਬੈਨਰ ਆ, ਇਸ 'ਤੇ ਸਾਰਾ ਕੁਛ ਲਿਖਿਆ ਹੋਇਆ, ਇਹ ਤੁਸੀਂ ਵੀਡੀਓ ਪੌਜ਼ ਕਰਕੇ ਸਾਰਾ ਪੜ੍ਹ ਸਕਦੇ ਹੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਹੈਗੇ ਜੀ ਪਿੰਡ ਕਟਾਣੀ ਕਲਾਂ, ਇਹ ਆਪਣੇ ਨਾਲ ਹੈਗੇ ਹਰਪ੍ਰੀਤ ਵੀਰ। ਇਹ ਸਾਰਾ ਆਪਣਾ ਅੱਜ ਜੋ ਵੀ ਪ੍ਰਬੰਧ ਕਰਵਾਇਆ ਜਾ ਰਿਹਾ ਦਸਤਾਰ ਮੁਕਾਬਲੇ ਦਾ, ਇਹਨਾਂ ਵੱਲੋਂ ਕਰਵਾਇਆ ਜਾ ਰਿਹਾ। ਇਹ ਵੀਰ ਦਾ ਬਹੁਤ ਬਹੁਤ ਧੰਨਵਾਦ। ਬਾਕੀ ਹੁਣ ਤੁਹਾਨੂੰ ਦਿਖਾਉਂਦੇ ਆ ਸਾਰਾ ਮੁਕਾਬਲਾ ਕਿੱਦਾਂ ਹੋ ਰਿਹਾ, ਕਿਹੜਾ ਵਿਨਰ ਆ। ਚਲੋ ਅੱਜ ਤੁਹਾਨੂੰ ਸਾਰੇ ਦਿਖਾਉਂਦੇ ਹਾਂ, ਤਿਆਰੀ ਚੱਲ ਰਹੀ ਆ, ਫਾਰਮ ਭਰੇ ਜਾ ਰਹੇ, ਅੱਜ ਤੁਹਾਨੂੰ ਦਿਖਾਈਏ। ਇੱਧਰ ਦਸਤਾਰ ਮੁਕਾਬਲਾ ਹੋਣਾ, ਸਾਰੇ ਰਜਿਸਟ੍ਰੇਸ਼ਨ ਫਾਰਮ ਭਰ ਰਹੇ ਆ, ਤੁਹਾਨੂੰ ਫਾਰਮ ਦਿਖਾਉਂਦੇ ਆ ਕਿਹੜਾ ਕਿਹੜਾ ਫਾਰਮ ਭਰਿਆ ਜਾਂਦਾ, ਕੀ ਕੀ ਲਿਖਿਆ ਜਾਂਦਾ ਉਹਦੇ ਉੱਪਰ। ਇਹ ਕੁਲਵਿੰਦਰ ਸਿੰਘ ਅਤੇ ਇੱਧਰ ਹਰਪ੍ਰੀਤ ਸਿੰਘ, ਇਹ ਆਪਣੇ ਮੋਢੀ ਨੇ, ਇਹ ਸਾਰਾ ਪ੍ਰਬੰਧ ਕਰਾ ਰਹੇ ਆ ਹਰਪ੍ਰੀਤ ਸਿੰਘ। ਆਹ ਫਾਰਮ ਆ, ਦਿਖਾਈ ਫਾਰਮ ਇੱਕ ਕੀ ਕੀ ਹੈਗਾ ਇਹਦੇ। ਇਹ ਹੈਗਾ ਜੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਪਿੰਡ ਕਟਾਣੀ ਕਲਾਂ ਦਸਤਾਰ ਮੁਕਾਬਲੇ 'ਤੇ ਰਜਿਸਟ੍ਰੇਸ਼ਨ ਨੰਬਰ, ਨਾਮ, ਪਿਤਾ ਦਾ ਨਾਮ, ਪਿੰਡ, ਜ਼ਿਲ੍ਹਾ, ਉਮਰ ਅਤੇ ਮੋਬਾਈਲ ਨੰਬਰ। ਇਹ ਫਾਰਮ ਭਰਿਆ ਜਾਣਾ ਜੀ ਪਹਿਲਾਂ। ਇੱਧਰ ਆ ਸਾਰੇ ਭਰ ਰਹੇ ਨੇ, ਛੋਟੇ ਵੀਰ, ਵੱਡੇ ਵੀਰ ਆਪਣੇ। ਇਹ ਨਾਲ ਦੋ ਹਰਪ੍ਰੀਤ ਵੀਰ ਦੇ ਮਿੱਤਰ ਨੇ ਜੋ ਦਸਤਾਰ ਮੁਕਾਬਲੇ ਇਹਨਾਂ ਦੀ ਦੇਖ ਰੇਖ ਹੇਠਾਂ ਸਾਰਾ ਹੋਵੇਗਾ, ਅਤੇ ਸਾਰੇ ਫਾਰਮ ਇਕੱਠੇ ਕਰ ਰਹੇ ਆ ਅਤੇ ਉਸਦੇ ਉੱਪਰ ਰਜਿਸਟ੍ਰੇਸ਼ਨ ਨੰਬਰ ਲਗਾ ਰਹੇ ਨੇ, ਅਤੇ ਇਨਵੈਲਪ ਵੀ ਬਣ ਗਏ ਨੇ। ਜੱਜਮੈਂਟ ਦੀ ਸੇਵਾ ਇਹਦੇ ਵਿੱਚ ਦਿੱਤੀ ਜਾਊਗੀ ਜੱਜ ਸਾਹਿਬਾਨ ਨੂੰ, ਅਤੇ ਯੂਨੀਅਰ ਗਰੁੱਪ ਪਹਿਲਾ ਨਾਮ, ਦੂਸਰਾ ਨਾਮ, ਤੀਸਰਾ ਨਾਮ, ਇਸੇ ਤਰ੍ਹਾਂ ਸੀਨੀਅਰ ਗਰੁੱਪ ਨੂੰ ਪਹਿਲਾ ਨਾਮ, ਦੂਸਰਾ ਨਾਮ ਅਤੇ ਤੀਸਰਾ ਨਾਮ ਦਿੱਤਾ ਜਾਵੇਗਾ। ਕਿੰਨੇ ਫਾਰਮ ਭਰੇ ਗਏ ਜੀ ਆਪਣੇ? 50 ਬੱਚੇ, 50 ਫਾਰਮ ਭਰੇ ਗਏ ਆਪਣੇ ਕੋਲ। ਠੀਕ ਹੈ ਜੀ, ਪਹਿਲਾ ਨਾਮ, ਦੂਸਰਾ ਨਾਮ, ਤੀਸਰਾ ਨਾਮ ਤੋਂ ਇਲਾਵਾ ਬਾਕੀ ਜਿੰਨੇ ਵੀ ਸਾਰੇ ਪਾਰਟੀਸਪੇਟ ਕਰਨਗੇ ਉਹਨਾਂ ਨੂੰ ਸਾਰਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਵੀ ਕੀਤਾ ਜਾਊਗਾ। ਸਾਰੇ ਵੀਰ ਆਪਣੇ ਪੱਗ ਦੀਆਂ ਪੁਣੀਆਂ ਅਤੇ ਫਿਫਟੀਆਂ ਬੰਨ੍ਹ ਕੇ ਤਿਆਰ ਹੋ ਚੁੱਕੇ ਆ, ਅਤੇ ਆਪਣੇ ਜੱਜ ਸਾਹਿਬਾਨ ਵੀ ਨੇੜੇ ਪਹੁੰਚ ਗਏ ਨੇ। ਥੋੜ੍ਹੀ ਦੇਰ ਤੱਕ ਇਹ ਮੁਕਾਬਲਾ ਯੂਨੀਅਰ ਗਰੁੱਪ ਦਾ ਪਹਿਲਾਂ ਸ਼ੁਰੂ ਕਰਵਾਇਆ ਜਾਊਗਾ। ਆਹ ਮੁੰਡਾ ਅੰਮ੍ਰਿਤਸਰ ਤੋਂ ਆਇਆ, ਅੰਮ੍ਰਿਤਸਰ ਤੋਂ ਆਏ? ਕੱਲ੍ਹ ਆ ਗਏ ਸੀ, ਰਾਤ ਫਿਰ ਦੁੱਖ ਨਿਵਾਰਨ ਰੁਕੇ ਹੈ ਲੁਧਿਆਣੇ। ਠੀਕ, ਤੁਸੀਂ ਖੜ ਕੇ ਬਣਨੀ ਹੈ ਪੱਗ ਉੱਧਰ? ਠੀਕ, ਇਹ ਵੀਰ ਸੰਗਰੂਰ ਤੋਂ ਹੈ, ਖੜ ਕੇ ਬੰਨੂਗਾ ਪੱਗ। ਉੱਧਰ ਸਾਹਮਣੇ ਸੀਨੀਅਰ ਬੈਠੇ ਆ, ਉਹਨਾਂ ਦਾ ਨੰਬਰ ਬਾਅਦ 'ਚ। ਦੋ ਗਰੁੱਪ ਨੇ, ਜੂਨੀਅਰ ਅਤੇ ਸੀਨੀਅਰ। ਇਹ ਹਰਪ੍ਰੀਤ ਵੀਰ ਦੀ ਟੀਮ ਆ ਜੋ ਦਸਤਾਰ ਮੁਕਾਬਲਾ ਕਰਵਾ ਰਹੀ ਆ, ਇਹਨਾਂ ਦੀ ਦੇਖ ਰੇਖ ਹੇਠਾਂ ਹੀ ਇਹ ਸਾਰਾ ਦਸਤਾਰ ਮੁਕਾਬਲਾ ਹੋਣ ਜਾ ਰਿਹਾ। ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਬੱਚਾ ਦਸਤਾਰ ਨੂੰ ਟੱਚ ਕਰੇਗਾ ਉਹ ਡਿਸਕੁਆਲੀਫਾਈ ਮੰਨਿਆ ਜਾਏਗਾ। ਠੀਕ ਆ ਜੀ, ਫਿਰ ਬਾਅਦ ਚੋਂ ਨਾ ਕਿਹੋ ਵੀ ਤੁਹਾਨੂੰ ਰੂਲ ਨਹੀਂ ਦੱਸੇ ਗਏ ਹੈਗੇ, ਤੇ ਹੁਣ ਕਿਰਪਾ ਕਰਕੇ ਮਾੜਾ ਜਿਹਾ ਧਿਆਨ ਨਾਲ ਸੁਣ ਲਿਓ। ਠੀਕ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਣੇ ਦੋ ਵੀਰ ਜੱਜ ਸਾਹਿਬਾਨ ਪਹੁੰਚ ਚੁੱਕੇ ਨੇ। ਲਓ ਜੀ, ਹੁਣ ਜੈਕਾਰੇ ਦੇ ਨਾਲ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ।
ਇਹ ਆਪਣਾ ਛੋਟਾ ਭਰਾ ਸੰਗਰੂਰ ਤੋਂ ਆਇਆ, ਕਹਿੰਦਾ ਮੈਂ ਸਵੇਰੇ 4:30 ਵਜੇ ਘਰੋਂ ਚੱਲ ਪਿਆ ਸੀ ਅਤੇ 8:30 ਵਜੇ ਇਹ ਆਪਣੇ ਇੱਥੇ ਕਟਾਣੀ ਕਲਾ ਪਿੰਡ ਪਹੁੰਚ ਗਿਆ ਸੀ। ਇਹ ਹਿੰਦੂਆਂ ਦਾ ਮੁੰਡਾ ਅਤੇ ਪੱਗ ਬਹੁਤ ਸੋਹਣੀ ਬੰਨਦਾ। ਇਹ ਆਪਣੇ ਹੁਣ ਜੱਜ ਸਾਹਿਬਾਨ ਪੱਗਾਂ ਨੂੰ ਬਰੀਕੀ ਦੇ ਨਾਲ ਅੱਗਿਓਂ ਪਿੱਛੋਂ ਸਾਈਡਾਂ ਤੋਂ ਅਤੇ ਉੱਪਰੋਂ ਸਾਰੇ ਪੇਜ ਪੂਰੀ ਪੱਗ ਦੀ ਸਫਾਈ ਨੂੰ ਬਰੀਕੀ ਨਾਲ ਚੈੱਕ ਕਰਨਗੇ। ਸਾਰੇ ਵੀਰਾਂ ਦੀ ਇੱਦਾਂ ਹੀ ਪੱਗਾਂ ਦੀ ਬਰੀਕੀ ਦੇਖੀ ਜਾਊ, ਪੇਜ ਦੇਖੇ ਜਾਣਗੇ, ਲੜਾਂ ਦੀ ਸਫਾਈ ਦੇਖੀ ਜਾਊ ਅਤੇ ਉਹਨਾਂ ਦੇ ਨੰਬਰ ਲੱਗਣਗੇ ਸਾਈਡਾਂ ਤੋਂ ਪੇਜ, ਉੱਪਰਲੀ ਸਾਈਡ ਤੋਂ ਪੇਜ। ਇਕੱਲੀ ਇਕੱਲੀ ਚੀਜ਼ ਦਾ ਧਿਆਨ ਰੱਖਿਆ ਜਾਊਗਾ, ਬਰੀਕੀ ਨਾਲ ਦੇਖਿਆ ਜਾਊਗਾ। ਇੱਦਾਂ ਹੀ ਸਾਰੇ ਵੀਰਾਂ ਦੀਆਂ ਪੱਗਾਂ ਚੈੱਕ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੇ ਨੰਬਰ ਲਾਏ ਜਾਣਗੇ। ਸਫਾਈ ਵੱਲੋਂ ਪੂਰਾ ਧਿਆਨ ਦਿੱਤਾ ਜਾਊਗਾ ਪੱਗ ਦਾ, ਸਫਾਈ ਦੇਖੀ ਜਾਊਗੀ ਜ਼ਿਆਦਾਤਰ ਪੱਗ ਦੀ। ਉਸ ਤੋਂ ਬਾਅਦ ਇਹ ਵੀਰ ਆਪਣੇ ਸਿੱਖ ਇਤਿਹਾਸ ਬਾਰੇ ਕੁਐਸਚਨ ਆਨਸਰ ਕਰਨਗੇ, ਜਿੰਨੇ ਸਹੀ ਜਵਾਬ ਹੋਣਗੇ ਉਹਨਾਂ ਦੇ ਵੀ ਨੰਬਰ ਲੱਗਣਗੇ। ਪੱਗ ਦੇ ਤਾਂ ਜੋ ਨੰਬਰ ਲੱਗਣੇ ਹੀ ਨੇ ਅਤੇ ਸਿੱਖ ਇਤਿਹਾਸ ਬਾਰੇ ਜੋ ਕੁਐਸਚਨ ਆਨਸਰ ਹੋਣਗੇ ਉਹਨਾਂ 'ਚੋਂ ਜਿੰਨੇ ਸਹੀ ਨੰਬਰ ਹੋਏ ਉਹਨਾਂ ਦੇ ਵੀ ਆਨਸਰ ਨੰਬਰ ਲੱਗਣਗੇ। ਇਹ ਸਾਰੇ ਵੀਰ ਨੇ ਜੂਨੀਅਰ ਗਰੁੱਪ ਦੇ ਜੋ ਦਸਤਾਰ ਮੁਕਾਬਲੇ ਵਿੱਚ ਪਾਰਟੀਸਪੇਟ ਕੀਤਾ ਜੀ। ਇਹਨਾਂ ਨੇ ਪੱਗਾਂ ਦੇਖੋ ਚੋਬਰਾਂ ਨੇ ਕਿੰਨੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਹੋਈਆਂ ਨੇ, ਰੰਗ ਬਿਰੰਗੀਆਂ ਪੱਗਾਂ ਕਿੰਨੇ ਸੋਹਣੇ ਲੱਗਦੇ ਨੇ।
ਆਹ ਦੇਖੋ ਆਹ ਤੀਜੀ ਵਿੱਚ ਪੜ੍ਹਦੇ ਆ ਬੱਚੇ, ਪੱਗਾਂ ਦੇਖੋ ਕਿੰਨੀਆਂ ਸੋਹਣੀਆਂ ਬੰਨੀਆਂ ਹੋਈਆਂ ਇਹਨਾਂ, ਇਹ ਸਾਰੇ ਚੈਕਿੰਗ ਕੀਤੀ ਜਾ ਰਹੀ ਹੈ, ਨੰਬਰ ਲੱਗ ਰਹੇ ਨੇ ਸਾਰੇ ਬੱਚਿਆਂ ਦੇ। ਇਹ ਬੱਚਾ ਤੀਜੀ ਵਿੱਚ ਪੜ੍ਹਦਾ ਜੀ, ਦੇਖੋ ਕਿੰਨੀ ਸੋਹਣੀ ਪੱਗ ਬੰਨੀ ਆ ਬੱਚੇ ਨੇ। ਇਹ ਹੁਣ ਸਾਰੇ ਲਾਈਨ ਵਿੱਚ ਖੜ੍ਹੇ ਕਰਕੇ ਵਧੀਆ ਪੱਗਾਂ ਜਿਨ੍ਹਾਂ ਨੇ ਬੰਨੀਆਂ ਨੇ ਉਹਨਾਂ ਵਿੱਚੋਂ ਫਸਟ ਸੈਕਿੰਡ ਥਰਡ ਤਿੰਨ ਬੱਚੇ ਕੱਢੇ ਜਾਣਗੇ, ਅਤੇ ਉਸ ਤੋਂ ਬਾਅਦ ਸੀਨੀਅਰ ਬੱਚਿਆਂ ਦਾ ਮੁਕਾਬਲਾ ਹੋਊਗਾ ਅਤੇ ਇਕੱਠਿਆਂ ਦਾ ਹੀ ਅੰਦਰ ਦਰਬਾਰ ਸਾਹਿਬ ਦੇ ਰਿਜ਼ਲਟ ਡਿਕਲੇਅਰ ਕੀਤਾ ਜਾਊਗਾ ਅਤੇ ਉਹਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਊਗਾ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ ਅਤੇ ਜੋ ਇਨਾਮ ਰੱਖਿਆ ਗਿਆ ਉਹ ਦਿੱਤਾ ਜਾਊਗਾ। ਅਤੇ ਜਿਨ੍ਹਾਂ ਨੇ ਅਮਰ ਛਕਿਆ ਹੋਇਆ ਬੱਚਿਆਂ ਨੇ ਪੱਗਾਂ ਬੰਨੀਆਂ ਉਹਨਾਂ ਨੂੰ ਸਰੋਪਿਆਂ ਦੇ ਨਾਲ ਵੀ ਸਨਮਾਨਿਤ ਕੀਤਾ ਜਾਊਗਾ। ਲਓ ਜੀ ਹੁਣ ਸੀਨੀਅਰ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ, ਉਹਨਾਂ ਨੂੰ ਟਾਈਮਿੰਗ ਰੂਲ ਰੈਗੂਲੇਸ਼ਨ ਵਗੈਰਾ ਦੱਸੇ ਜਾ ਰਹੇ ਨੇ ਜੋ ਹੈਗੇ ਨੇ। ਉਸ ਤੋਂ ਬਾਅਦ ਜੈਕਾਰੇ ਦੇ ਨਾਲ ਇਹ ਮੁਕਾਬਲਾ ਸੀਨੀਅਰ ਗਰੁੱਪ ਦਾ ਸ਼ੁਰੂ ਹੋ ਜਾਊਗਾ। 7 ਮਿੰਟ ਦਾ ਟਾਈਮ ਇਹਨਾਂ ਨੂੰ ਦਿੱਤਾ ਜਾਣਾ ਜੀ। ਲਓ ਜੀ ਸੀਨੀਅਰ ਗਰੁੱਪ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ, 7 ਮਿੰਟ ਦਾ ਟਾਈਮ ਸੀਨੀਅਰ ਗਰੁੱਪ ਨੂੰ ਦਿੱਤਾ ਗਿਆ ਜੀ। ਜੂਨੀਅਰ ਗਰੁੱਪ ਨੂੰ 12 ਮਿੰਟਾਂ ਦਾ ਟਾਈਮ ਦਿੱਤਾ ਗਿਆ ਸੀ ਅਤੇ ਸੀਨੀਅਰ ਗਰੁੱਪ ਨੂੰ 7 ਮਿੰਟ ਦਾ ਟਾਈਮ ਦਿੱਤਾ ਗਿਆ। ਦੇਖੋ ਕਿਹੜੇ ਚੋਪਰ ਇਹਨਾਂ ਵਿੱਚੋਂ ਫਸਟ ਸੈਕਿੰਡ ਥਰਡ ਦਾ ਨੰਬਰ ਲੈ ਕੇ ਜਾਂਦੇ ਨੇ, ਵਿਨਰ ਹੁੰਦੇ ਨੇ। ਉਸ ਤੋਂ ਇਲਾਵਾ ਬਾਕੀ ਸਾਰੇ ਪਾਰਟੀਸਪੇਟ ਜਿੰਨੇ ਵੀ ਕੀਤੇ ਆ ਜੂਨੀਅਰ ਗਰੁੱਪ ਸੀਨੀਅਰ ਗਰੁੱਪ ਉਹਨਾਂ ਨੂੰ ਮੈਡਲਾਂ ਨਾਲ ਵੀ ਸਨਮਾਨਿਤ ਕੀਤਾ ਜਾਣਾ। ਲਓ ਜੀ ਸੀਨੀਅਰ ਗਰੁੱਪ ਦਾ ਮੁਕਾਬਲਾ ਹੋ ਚੁੱਕਿਆ, ਸੋਹਣੀਆਂ ਸੋਹਣੀਆਂ ਪੱਗਾਂ ਬੰਨ ਕੇ ਚੋਬਰ ਲਾਈਨ ਵਿੱਚ ਖੜ੍ਹੇ ਹੋ ਗਏ ਨੇ। ਅਤੇ ਆਹ ਇੱਕ ਵੀਰ ਦਾ ਲੜ ਰਹਿ ਗਿਆ ਸੀਗਾ, ਥੋੜ੍ਹਾ ਟਾਈਮ ਘੱਟ ਗਿਆ। ਅਤੇ ਇਹਨਾਂ ਦਾ ਵੀ ਜੂਨੀਅਰ ਗਰੁੱਪ ਵਾਂਗ
सारिया बरीकी दे नाल पग्गां चैक कीतियां जाणगियां, पग्गां दी सफाई चैक कीती जाऊगी, सारे पासिओं पग चैक कीती जाऊ, लड़ चैक कीते जाणगे, पूरा ध्यान रखा जाऊगा, बरीकी देखी जाऊगी, तो उस हिसाब नाल सारिया वीरां दे नंबर लाए जाणगे। ਪੱਗਾਂ ਸਾਰਿਆਂ ਵੀਰਾਂ ਨੇ ਸੋਹਣੀਆਂ ਬੰਨੀਆਂ ਨੇ ਅਤੇ ਯੂਨੀਅਨ ਗਰੁੱਪ ਵਾਂਗ ਹੀ ਇਹ ਵੀਰ ਹੁਣ ਸਿੱਖ ਇਤਿਹਾਸ ਬਾਰੇ ਆਪਣੇ ਕੁਐਸਚਨ ਆਨਸਰ ਕਰ ਰਹੇ ਨੇ। ਸਿੱਖ ਇਤਿਹਾਸ ਬਾਰੇ ਵੀ ਕਿੰਨੀ ਜਾਣਕਾਰੀ ਹੈਗੀ ਆ ਵੀਰਾਂ ਨੂੰ, ਉਹਨਾਂ ਦੇ ਵੀ ਨੰਬਰ ਲੱਗਣਗੇ ਪੱਗਾਂ ਦੇ ਨੰਬਰ ਦੇ ਨਾਲ ਨਾਲ, ਸਿੱਖ ਇਤਿਹਾਸ ਦੇ ਜੋ ਕੁਐਸਚਨ ਆਨਸਰ ਹੋਣਗੇ ਉਹਨਾਂ ਦੇ ਵੀ ਨੰਬਰ ਲਾਏ ਜਾਣਗੇ। ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਵਿੱਚ ਆ ਗਏ ਹਾਂ, ਹੁਣ ਇਨਾਮ ਦੇਣ ਦਾ ਟਾਈਮ ਆ ਚੁੱਕਿਆ, ਜਿਸ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਸੀ।
ਨਿਆਇਕਾਲ ਫਤਿਹ।